ਸਤਿ ਸ਼੍ਰੀ ਅਕਾਲ ਦੋਸਤੋ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਪਾਂ ਅੱਗੇ ਇੱਕ ਇਮਾਨਦਾਰੀ ਦੀ ਰਾਜਨੀਤੀ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰੇ ਵੱਲੋਂ ਜਾਣੀ ਕਿ ਗੁਰਪ੍ਰੀਤ ਕੋਟਲੀ ਵੱਲੋਂ ਤੇ ਡਾਕਟਰ ਸਵੈਮਾਨ ਜਿਹੜੇ ਕੈਲੀਫੋਰਨੀਆ ਵਾਲੇ ਨੇ ਅਮਰੀਕਾ ਦੇ ਡਾਕਟਰ ਉਹਨਾਂ ਵੱਲੋਂ ਜਿਹੜਾ ਐਫੀਡੈਵਿਟ ਦਿੱਤਾ ਗਿਆ ਜਿਵੇਂ ਮੇਰਾ ਐਫੀਡੈਵਿਟ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਗਦੜਵਾ ਕਚਹਿਰੀਆਂ ਜੋ ਦਿੱਤਾ ਗਿਆ 10853 ਨੰਬਰ 28/1/2022 ਅੱਜ ਦਾ ਦਿਨ ਠੀਕ ਹੈ ਮੇਰੇ ਸਕਰੈਚਰ ਦੂਸਰਾ ਐਫੀਡੈਵਿਟ ਆ ਜਿਹੜਾ ਉਹ ਡਾਕਟਰ ਸਵੈਮਾਨ ਸਿੰਘ ਠੀਕ ਹੈ ਉਹਨਾਂ ਵੱਲੋਂ ਲਿਆ ਗਿਆ 10854 ਨੰਬਰ ਦੋਨੇ ਅੱਗੇ ਪਿੱਛੇ ਨੰਬਰ ਇਹ ਡੇਟ ਆ ਸਾਰਾ ਕੁਝ ਦੇਖੋ ਜੋ ਵੀ ਗਿੱਦੜਵਾਲ ਵਾਸੀਆਂ ਦਾ ਵਾਅਦਾ ਉਹ ਸਾਡਾ ਐਫੀਡੈਵਿਟ ਤੇ ਆ ਠੀਕ ਆ ਵੀ ਇਹ ਐਫੀਡੈਵਿਟ ਜਿਹੜਾ ਮੈਂ ਜਦੋਂ ਕਾਗਜ਼ ਭਰਾਂਗੇ ਤਾਂ ਨਾਲ ਇਹ ਐਫੀਡੈਵਿਟ ਵੀ ਜਮ੍ਹਾਂ ਹੋਊਗਾ ਕਿ ਜੇਕਰ ਮੈਂ ਇਹ ਤੋਂ ਮੁਨਕਰ ਹੁੰਦਾ ਤਾਂ ਮੇਰੇ ਤਾਂ ਕਾਨੂੰਨੀ ਕਾਰਵਾਈ ਹੋਣੀ ਆ ਮੇਰੀ ਵਿਧਾਨ ਸਭਾ ਦੀ ਜਿਹੜੀ ਆਪਾਂ ਕਹਿੰਦੇ ਮੈਂਬਰਸ਼ਿਪ ਉਹ ਰੱਦ ਹੋਣੀ ਆ ਬਾਕੀ ਜੇਲ੍ਹ ਹੋਣੀ ਆ ਸੇਮ ਹੀ ਡਾਕਟਰ ਸਾਹਿਬ ਨਾਲ ਪ੍ਰੋਸੈਸ ਹੈ ਇਹਦੇ 'ਚ ਕੀ ਹੈ ਇਹਦੇ 'ਚ ਮੈਂ ਲਿਖਿਆ ਕਿ ਜੇਕਰ ਗਿੱਦੜਵਾ ਦੇ ਲੋਕ ਕਿਸਾਨ ਮਜ਼ਦੂਰਾਂ ਨੂੰ ਗਿੱਦੜਵਾ ਦੀ ਸੀਟ ਜਿਤਾ ਦਿੰਦੇ ਆ ਤਾਂ ਮੇਰੇ ਬੱਚੇ ਜਿਹੜੇ ਸਰਕਾਰੀ ਸਕੂਲ 'ਚ ਪੜ੍ਹਨਗੇ ਹੁਣ ਕਿਉਂਕਿ ਜਿਵੇਂ ਗਿੱਦੜਵਾ ਦਾ MLA ਕਹਿੰਦਾ ਕਿ ਸਰਕਾਰੀ ਸਕੂਲ ਬਹੁਤ ਵਧੀਆ ਨੇ ਤਾਂ ਮੈਂ ਵੜਿੰਗ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਧੀ ਤੇ ਤੁਹਾਡਾ ਪੁੱਤ ਗਿੱਦੜਵਾ ਦੇ ਕਿਹੜੇ ਸਰਕਾਰੀ ਸਕੂਲ 'ਚ ਪੜ੍ਹਦਾ ਜਦਕਿ ਉਹਨਾਂ ਦੇ ਬੱਚੇ ਜਿਹੜੇ ਪੜ੍ਹ ਰਹੇ ਆ ਦਿੱਲੀ ਪੜ੍ਹ ਰਹੇ ਆ ਤੇ ਬਾਹਰ ਵੱਡੇ ਸਕੂਲਾਂ 'ਚ ਪੜ੍ਹਦੇ ਆ ਸੇਮ ਹੀ ਆਪਾਂ ਕੀ ਅਕਾਲੀ ਦਲ ਆ ਡਿੰਪੀ ਢਿੱਲੋਂ ਉਹਦੇ ਬੱਚੇ ਬਾਹਰੋਂ ਪੜ੍ਹ ਕੇ ਆਏ ਆ ਠੀਕ ਆ ਚੱਲ ਨਹੀਂ ਤਾਂ ਪੋਤੇ ਪੜ੍ਹਾਉਣ ਦਾ ਅਹਿਦ ਲੈ ਲਏ ਉਹ ਤੋਂ ਬਾਅਦ ਸ਼ਰਮਾ ਜੀ ਉਹਨਾਂ ਦਾ ਖੁਦ ਹੀ ਪ੍ਰਾਈਵੇਟ ਸਕੂਲ ਆ ਇੱਕ ਬੱਚਾ ਉਹ ਵੀ ਬਾਹਰ ਪੜ੍ਹਦਾ ਦੇਖੋ ਜੇਕਰ ਗਿੱਦੜਵਾ ਦੇ ਵਿੱਚ ਇਹ ਇਸ ਵਾਰ 2022 ਦੇ ਵਿੱਚ ਇਸ ਤਰ੍ਹਾਂ ਦਾ ਐਫੀਡੈਵਿਟ ਦੇ ਦਿੰਦੇ ਆ ਠੀਕ ਆ ਤਾਂ ਇਹ ਆਪਣੇ ਆਪ ਸਾਰੇ ਸਰਕਾਰੀ ਸਕੂਲ ਸਹੀ ਹੋ ਜਾਣਗੇ ਕਿਉਂਕਿ ਇਹਨਾਂ ਦੇ ਬੱਚੇ ਪੜ੍ਹਨਗੇ ਤਾਂ ਆਟੋਮੈਟਿਕਲੀ ਜਿਹੜਾ ਸਕੂਲ ਆ ਵਧੀਆ ਹੋ ਜਾਊਗਾ ਸਾਡੇ ਜਿਹੜੇ ਅਧਿਆਪਕਾਂ ਦੇ ETD BEd ਨੈਟ ਪਾਸ ਨੇ ਡਬਲ MA ਕਰੀ ਬੈਠੇ ਲੋਕ ਉਹਨਾਂ ਨੂੰ ਜਿਹੜਾ ਹੈ ਜਾਂ ਆਪਾਂ ਅੱਗੇ ਲੈਕਚਰਰ ਦੀਆਂ ਪੋਸਟਾਂ ਆਪਣੇ ਆਪ ਭਰੀਆਂ ਜਾਣਗੀਆਂ ਲੋਕਾਂ ਨੇ ਮਿਹਨਤਾਂ ਕਰ ਕਰਕੇ ਅੱਛੇ ਟੀਚਰ ਨੂੰ ਭਰਤੀ ਕਰਨਗੇ ਇਹ ਰਾਜਨੀਤਿਕ ਲੋਕ ਜੇਕਰ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਨ ਦੂਜਾ ਸਰਕਾਰੀ ਸਕੂਲ ਦੇ ਵਿੱਚ ਜੇਕਰ MLA ਦੇ ਨਾਲ ਆਮ ਬੱਚਿਆਂ ਦੇ ਨਾਲ MLA ਦੇ ਬੱਚੇ ਪੜ੍ਹਦੇ ਆ ਤਾਂ ਉਹਨਾਂ ਦੇ 'ਚ ਇੱਕ ਸਾਂਝ ਬਣਦੀ ਹੈ ਹਰ ਬੱਚੇ ਨੂੰ ਪਤਾ ਹੁੰਦਾ ਕਿ ਦੂਸਰੇ ਬੱਚੇ ਦੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਹੁਣ ਕੀ ਆ ਬੱਚੇ ਇਹਨਾਂ ਦੇ ਬਾਹਰੋਂ ਪੜ੍ਹ ਕੇ ਉਹਨਾਂ ਕਿਸੇ ਦਿੱਲੀਓਂ ਕਿਤਾ ਬਾਹਰੋਂ ਆਪਾਂ ਕਿ ਇੰਗਲੈਂਡ ਤੋਂ ਕੈਨੇਡਾ ਤੋਂ ਤੇ MLA ਤੁਹਾਡੇ ਬਣਦੇ ਆ ਉਦੋਂ ਬਾਅਦ ਉਹਨਾਂ ਨੇ ਤੁਹਾਡਾ ਕਿੱਥੇ ਸਾਰ ਲੈਣੀ ਹੈ ਤੁਸੀਂ ਦੇਖ ਲਓ ਅੱਜ ਰਾਜੇ ਦੇ ਬੱਚੇ ਵੀ ਜਿਹੜੇ ਹੈਗੇ ਆ ਵੋਟਾਂ ਮੰਗ ਰਹੇ DMP ਦੇ ਵੀ ਮੰਗ ਰਹੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਵੇਂ ਰਾਜੇ ਪੈਦਾ ਹੋ ਰਹੇ ਆ ਸੋ ਮੈਂ ਗਿੱਦੜਵਾ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਐਫੀਡੈਵਿਟ ਲਾਈਨ ਲਿਖ ਕੇ ਦੂਜੀ ਗੱਲ ਵੀ ਮੇਰਾ ਅਤੇ ਮੇਰੇ ਪਰਿਵਾਰ ਦਾ ਇਲਾਜ ਪੂਰੀ ਉਮਰ ਸਰਕਾਰੀ ਹਸਪਤਾਲ 'ਚ ਹੁਣ ਮੈਨੂੰ ਵਡਿੰਗ ਸਾਹਿਬ ਇਹ ਜ਼ਰੂਰ ਦੱਸਣ ਕਿ ਜਦੋਂ ਉਹਨਾਂ ਦੇ ਪਿੱਛੇ ਜੇ ਆਪ ਕਰੋਨਾ ਹੋਇਆ ਉਹਨਾਂ ਨੂੰ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਮੰਨ ਲਓ ਉਹਨਾਂ ਦੇ ਫਾਦਰ ਇਨ ਲਾ ਬਿਮਾਰ ਰਹੇ ਤਾਂ ਕਿਹੜੇ ਗਿੱਦੜਵਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਜਾਂ ਕਿੰਨੇ ਵਾਰ ਉਹਨਾਂ ਨੇ ਗੋਲੀਆਂ ਲਈਆਂ ਮਤਲਬ ਇਹ ਆ ਕਿ ਆਪ ਤਾਂ ਇਹਨਾਂ ਨੇ 40 ਜਾਂ ਵੱਡੇ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣਾ ਹੁੰਦਾ ਠੀਕ ਆ ਕੋਈ ਵਿਧਾਨਤਾ ਵਰਗੇ ਤੇ ਆਮ ਲੋਕ ਆ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਸਰਕਾਰੀ ਹਸਪਤਾਲ ਤਾਂ ਕੀ ਕਿਸੇ ਪਿੰਡ 'ਚ ਡਿਸਪੈਂਸਰੀ ਤੱਕ ਨਹੀਂ ਗੀ ਸੋ ਜੇਕਰ ਇਹ ਲਿਖ ਕੇ ਦੇਣ ਵੀ ਜਿਹੜਾ ਵੀ MLA ਬਣੇ ਗਿੱਦੜਵਾ ਦਾ ਉਹ ਐਫੀਡੈਵਿਟ ਦੇਵੇ ਕਿ ਮੇਰਾ ਤੇ ਮੇਰੇ ਪਰਿਵਾਰ ਦਾ ਇਲਾਜ ਸਰਕਾਰੀ ਹਸਪਤਾਲ 'ਚ ਹੋਊਗਾ ਤਾਂ ਜਦੋਂ ਗਿੱਦੜਵਾ ਦੇ MLA ਦਾ ਸਿਰ ਦੁਖੂਗਾ ਤਾਂ ਉਹ ਕਿਤੇ ਨਹੀਂ ਜਾ ਸਕਦਾ ਫਿਰ ਉਹਨੂੰ ਐਂ ਹੋਗਾ ਕਿਤੇ ਮੈਨੂੰ ਕਿਤੇ ਬ੍ਰੇਨ ਹੈਮਰੇਜ ਨਾ ਹੋ ਜੇ MRI ਦੀਆਂ ਮਸ਼ੀਨਾਂ ਨਾਲ ਦੀ ਨਾਲ ਆ ਜਾਣਗੀਆਂ ਜੇ ਉਹਨਾਂ ਦੇ ਪਰਿਵਾਰ ਦਾ ਕਿਤੇ ਦਿਲ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਨਾਲ ਦੇ ECG ਦੀਆਂ ਮਸ਼ੀਨਾਂ ਆ ਜਾਣਗੀਆਂ ਮਤਲਬ ਜੇਕਰ MLA ਦੇ ਪਰਿਵਾਰ ਦੇ ਉੱਤੇ ਇਹ ਬੰਦਿਸ਼ ਹੋਵੇ ਕਿ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਨਹੀਂ ਕਰਾ ਸਕਦਾ ਤਾਂ ਆਟੋਮੈਟਿਕਲੀ ਹਸਪਤਾਲ ਆਪਣੇ ਆਪ ਸੁਧਰ ਜਾਣਗੇ ਆਪਣੇ ਆਪ ਫੰਡ ਆਉਣ ਲੱਗ ਜਾਣੇ ਸਕੂਲਾਂ ਨੂੰ ਵੀ ਤੇ ਆਟੋਮੈਟਿਕਲੀ ਫੰਡ ਆਉਣ ਲੱਗ ਜਾਣੇ ਹਸਪਤਾਲਾਂ ਨੂੰ ਵੀ ਡਾਕਟਰ ਵੀ ਅੱਛੇ ਭਰਤੀ ਹੋ ਜਾਣਗੇ ਹੁਣ ਤੇ ਤੀਜਾ ਕਿਉਂਕਿ ਜਿਹੜਾ ਵੀ MLA ਬਣ ਜਾਂਦਾ ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਬਹੁਤ ਦਿਨ ਦੁੱਗਣੀ ਰਾਤ ਚੌਗਣੀ ਤੇ ਕਈ ਵਾਰ ਅੱਧੀ ਰਾਤ ਤੋਂ ਬਾਅਦ ਤਾਂ ਕਈ ਗੁਣਾ ਵੀ ਵੱਧ ਜਾਂਦੀ ਹੈ ਮਤਲਬ ਕਿ ਠੱਗੀਆਂ ਚੋਰੀਆਂ ਲੋਕਾਂ ਦੇ ਆਪਾਂ ਕਹਿੰਦੇ ਨਰੇਗਾ ਦੀਆਂ ਦਿਹਾੜੀਆਂ ਖਾ ਜਾਂਦੇ ਆ ਲੋਕਾਂ ਦੇ ਆਪਾਂ ਕਹਿੰਦੇ ਕੋਠੇ ਖਾ ਜਾਂਦੇ ਆ ਗਲੀਆਂ ਖਾ ਜਾਂਦੇ ਨਾਲੀਆਂ ਖਾ ਜਾਂਦੇ ਲੋਕ ਬੇਰੁਜ਼ਗਾਰਾਂ ਦਾ ਰੁਜ਼ਗਾਰ ਖਾ ਜਾਂਦੇ ਸੋ ਕਿਉਂ ਕਿਉਂਕਿ ਇਹ ਬਹੁਤ ਜ਼ਿਆਦਾ ਪੈਸਾ ਕਮਾਉਂਦੇ ਜਦਕਿ ਇੱਕ MLA ਲਗਭਗ ਤਨਖਾਹ ਦੇ ਰੂਪ ਦੇ ਵਿੱਚ ਤੇ ਨਾਲ ਇਨਸੈਂਟਿਵ ਪਲੱਸ ਤੇਲ ਤੂਲ ਦਾ ਖਰਚਾ ਪਾ ਲਿਆ ਗੱਡੀਆਂ ਦਾ ਖਰਚਾ ਪਾ ਲਿਆ ਤਾਂ 3.5 ਲੱਖ ਰੁਪਏ ਇੱਕ ਮਹੀਨੇ ਦਾ ਇੱਕ MLA ਦਾ ਬਣ ਜਾਂਦਾ ਤੇ ਉਦੋਂ ਬਾਅਦ ਜੇਕਰ MLA ਰਿਟਾਇਰ ਹੋ ਜਾਂਦਾ ਤਾਂ ਫਿਰ ਵੀ ਉਹਨੂੰ ਜਿਹੜਾ ਹੈਗਾ 1.5 ਲੱਖ ਰੁਪਏ ਦੇ ਕਰੀਬ ਇਨਸੈਂਟਿਵ ਵਗੈਰਾ ਲਾ ਕੇ ਪੈਨਸ਼ਨ ਮਿਲਦੀ ਹੈ ਹੁਣ ਜਿਹੜੇ ਬੰਦੇ ਨੂੰ 3.5 ਲੱਖ ਰੁਪਇਆ 5 ਸਾਲ ਮਿਲਣਾ 1.5 ਲੱਖ ਰੁਪਇਆ ਉਹਨੂੰ ਰਹਿੰਦੀ ਉਮਰ ਤੱਕ ਮਿਲਣਾ ਜੇਕਰ MLA ਨਾ ਵੀ ਰਵੇ ਤਾਂ ਉਹਦੀ ਘਰ ਵਾਲੀ ਨੂੰ ਮਿਲ ਜਾਣਾ ਮਤਲਬ ਕਿ ਜੇਕਰ ਉਹਦੀ ਮੌਤ ਹੁੰਦੀ ਹੈ
तो उन्होंने फ्यूचर स्क्वेयर है, फिर कि वास्ते जो इना ठगिया चोरिया क्यों मार दिया। मैं इतने लिख के दिता कि जेकर असी जेकर गिदड़बाद विच किसान मजदूर जेकर ये जंग जित जाते हैं तो जिहड़ा गिदड़बाद आ मेरा ते मेरे परिवार की जिनी चल अचल जायदाद जिनी मेरी मेरे घरवाली की मेरे मां की मेरे प्यो की वह गिदड़बाद लोगों की होगी तो असी जिहड़ा हैगा आप काम करांगे प्लस जिहड़ा हैगा तनखाह आपका जिहड़ा हैगा परिवार चलावांगे। चौथी गल डॉक्टर स्वयंमान सिंह क्योंकि इत्थे ਇਹ ਗੱਲ ਆ ਕਿ ਇਲੈਕਸ਼ਨ ਜਿੱਤਿਆ ਜਾਊਗਾ ਕਿਉਂਕਿ ਅਸੀਂ ਬਿਲਕੁਲ ਜਿਹੜਾ ਸਾਰਾ ਕੁਝ ਪਾਰਦਰਸ਼ੀ ਕਰ ਰਹੇ ਹਾਂ। ਪਰ ਡਾਕਟਰ ਸਵੈਮਾਨ ਸਿੰਘ ਦਾ ਇਹਨਾਂ ਚੌਥਾ ਪੁਆਇੰਟ ਆ ਜਿੱਥੇ ਉਹਨਾਂ ਨੇ ਲਿਖਿਆ ਵੀ ਹੈ ਇਹ ਡਾਕਟਰ ਸਵੈਮਾਨ ਸਿੰਘ ਪੁੱਤਰ ਜਸਵਿੰਦ ਸਰਦਾਰ ਐਡਵੋਕੇਟ ਜਸਵਿੰਦਰਪਾਲ ਸਿੰਘ ਐਡਵੋਕੇਟ ਵਾਸੀ ਪਿੰਡ ਪੱਖੋ ਕੇ ਜ਼ਿਲ੍ਹਾ ਤਰਨ ਤਾਰਨ ਉਹ 20 ਕਰੋੜ ਰੁਪਇਆ ਗਿੱਦੜਬਾਹ ਦੇ ਵਿਕਾਸ ਵਾਸਤੇ ਲਾਉਣਗੇ ਜਿਹਦੇ ਨਾਲ ਗਿੱਦੜਬਾਹ ਦੇ ਵਿੱਚ ਹਸਪਤਾਲ ਗਿੱਦੜਬਾਹ ਦੇ ਵਿੱਚ ਜਿਹੜਾ ਲੋੜਵੰਦਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ अच्छे आपां कह लगे कि स्कूल होणगे बाकी सारा कुछ इहदे च लिखिया होया। सो इह जेकर डाक्टर साहब इह गल तो मुड़ करांदे तां उह एफीडेविट तां दे चुके आ तां उहनां ते वी कानूनी कारवाई होऊगी। सो इह एफीडेविट उस तरां दा नहीं, इह एफीडेविट तुसीं वी लओ अपने अपने हलके दे विच। मैं चाहुंदा कि जिहड़ा तुहानूं अकाली कांग्रेसी भाजपा दा जां झाड़ू दा कोई भी आउंदा तां उहनूं कहो सानूं लिख के दिओ क्योंकि इह कार्ड दिंदे आ स्मार्ट कार्ड, उहनां नाल की फर्क नहीं। पिछली वारी कैप्टन अमरिंदर सिंह ने कार्ड वंडे, उहनां ने कहा सी कि जदों तुसीं जदों कैप्टन ने सौ चक्की थोड़ी नौकरी पक्की। हुण वीडियो वाले मैनूं तुसीं दसो किन्ने जणां नौकरी मिली, कार्ड जद कि हर घरे पए आ पर 4.5 साल मुख्यमंत्री दा फिर किन्नेआं कने केस करता कि सानूं नौकरी नहीं मिली। कारण आ क्योंकि कानूनी दायरे दे विच है नहीं सी। सो इस वार आपां गिदड़बाह तों इह शुरुआत कीती है ते मैं पंजाब दे होर वधाईकां नूं वी कहिणा कि उह वी इह कम्म करन क्योंकि जे राजनीति दे विच इह कुछ हो जाए एमएलए का बच्चा सरकारी स्कूल च पढ़े ओदा परिवार का इलाज ते ओदा इलाज सरकारी हस्पताल च प्रॉपर्टी ना वधा सके ते एक गल असीं सरकारी खजाने चो नहीं मंगदे। असीं जिहड़ा हैगा डॉक्टर सुलेमान ते उहनां दी टीम जिहड़ा 20 करोड़ रुपया जिहड़ा हैगा इनवेस्ट करूगी उहदे नाल इनफ्रास्ट्रक्चर वधिया होऊगा। सो मैं गिदड़बाह निवासियां नूं कहिणा कि तुसीं किसानां मजदूरां नूं तुहाडे प्रागुरप्रीत कोटली नूं वध तों वध वोटां पा के इस जिहड़ा हैगा जंग नूं जिताओ ते इमानदारी ते निरपक्षता दी जिहड़ी हैगी आ राजनीति शुरुआत करिए। कल्ला गिदड़बाह नहीं पूरे ਭਾਰਤ ਦੇ ਵਿੱਚ ਇਹ ਰਾਜਨੀਤੀ ਫੈਲੂਗੀ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹਰ ਭਾਰਤ ਦੇ ਵਿੱਚ ਜਿੱਥੇ ਵੀ ਇਲੈਕਸ਼ਨ ਹੋਊਗਾ ਅਸੀਂ ਆਪਦੇ ਬੰਦੇ ਖੜੇ ਕਰਾਂਗੇ ਸੇਮ ਜਿਹੜਾ ਪੈਟਰਨ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।